ਕਿ ਤੁਹਾਡਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੈ, ਆਫਰ ਲੈਟਰ, ਪ੍ਰੋਸੈਸਿੰਗ ਫੀਸ, GIC, ਹਰ ਤਰੀਕੇ ਦੇ ਨਾਲ ਪੈਸੇ ਵੇਸਟ ਕਰਾ ਚੁੱਕੇ ਹੋ, ਹੁਣ ਦੁਬਾਰਾ ਰੀਅਪਲਾਈ ਕਰਨਾ ਚਾਹੁੰਦੇ ਹੋ, ਜਾਣਾ ਚਾਹੁੰਦੇ ਹੋ ਪੋਸਟ ਸਟੱਡੀ ਵਰਕ ਪਰਮਿਟ ਵਾਲੇ ਕਾਲਜ ਦੇ ਵਿੱਚ, ਅਸੀਂ ਕਰਾਂਗੇ ਤੁਹਾਡਾ ਵੀਜ਼ਾ ਰੀਅਪਲਾਈ, ਸਾਰੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਹਾਂਜੀ, ਵੀਜ਼ਾ ਲੱਗਣ ਤੋਂ ਬਾਅਦ।